ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਹੈ ਕਿ ਪੰਜਾਬ ਵਿੱਚ ਜਿਸ ਅੱਗ ਨੇ ਪਹਿਲਾਂ 3500,000 ਲੋਕ ਮਰ ਚੁੱਕੇ ਨੇ ਉਸ ਦੇ ਵੱਲ ਨਾ ਚੱਲਿਆ ਜਾਏ ਕਿਉਂਕਿ ਬੇਅਦਬੀ ਦੀ ਘਟਨਾਵਾਂ ਦੇ ਚੱਲਦਿਆਂ ਸਮੇਂ ਤੇ ਸਜ਼ਾ ਨਾ ਦਿੱਤੇ ਜਾਣ ਦੇ ਚੱਲਦਿਆਂ ਅਜਿਹੀ ਹੀ ਅੱਗ ਦੁਬਾਰਾ ਪੰਜਾਬ 'ਚ ਲੱਗ ਸਕਦੀ ਹੈ। ਇਸ ਇਸ਼ੂ ਦੇ ਉੱਪਰ ਹੱਥ ਬੰਨ ਕੇ ਬੇਨਤੀ ਹੈ ਸਾਰੀਆਂ ਸਿਆਸੀ ਧਿਰਾਂ ਨੂੰ ਔਰ ਸਰਕਾਰਾਂ ਨੂੰ ਕਿ ਸਿਆਸੀ ਰੋਟੀਆਂ ਨਾ ਸੇਕੋ, ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ। ਪੰਜਾਬ ਦੀਆਂ ਜਿਹੜੀਆਂ ਸਮਾਜਿਕ ਤੰਦਾਂ ਨੇ, ਹਿੰਦੂ ਸਿੱਖ ਮੁਸਲਿਮ ਈਸਾਈ ਭਾਈਚਾਰੇ ਦੀਆਂ ਜਿਹੜੀਆਂ ਇੱਕ ਖੂਨ 9 ਮਾਸ ਦਾ ਰਿਸ਼ਤਾ ਹੈ, ਜਿਹੜਾ ਇੱਕ ਖੂਨ ਹੈ, ਜਿਹੜਾ ਇੱਕ ਜਿੰਦ ਜਾਨ ਨੇ, ਉਹਦੇ ਵਿੱਚ ਫਰਕ ਪਾਉਣ ਵਾਲਾ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਮੁੜ ਕੇ ਦੁਬਾਰਾ ਪੰਜਾਬ ਸੰਭਾਲਿਆ ਨਾ ਜਾਵੇ। ਸੰਗਰੂਰ ਸ਼ਰਮਾ ਦੀ ਰਿਪੋਰਟ, ਚੈਨਲ 2।